ਨਮਸਕਾਰ, ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਮੈਂ ਹਾਂ ਤੁਹਾਡਾ ਆਪਣਾ ਦੀਪਕ ਤੇ ਪੇਸ਼ ਹਨ ਅੱਜ ਦੀਆਂ ਖਬਰਾਂ। ਗੁਰਦਾਸਪੁਰ ਵਿੱਚ ਰਾਜ ਪੱਧਰੀ ਗਣਤੰਤਰ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਫੁੱਲ ਡਰੈਸ ਰਿਹਰਸਲ ਕੀਤੀ ਗਈ, ਜਿਸ ਵਿੱਚ ਪੰਜਾਬ ਪੁਲਿਸ ਦੇ ਬਾਰਡਰ ਰੇਂਜ ਦੇ IG ਸੁਰਿੰਦਰਪਾਲ ਸਿੰਘ ਪਰਮਾਰ ਨੇ ਤਿਰੰਗਾ ਫਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਅਤੇ SSP ਗੁਰਦਾਸਪੁਰ ਸਵਰਨਦੀਪ ਸਿੰਘ ਵੀ ਮੌਜੂਦ ਸੀ। ਜੇਕਰ ਜੋ ਕਿ 26 ਜਨਵਰੀ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਰੋਹ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ VP ਬਦਨੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਰਾਸ਼ਟਰੀ ਤਿਰੰਗਾ ਲਹਿਰਾਉਣਗੇ। ਇਸ ਮੌਕੇ ਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪੁਲਿਸ ਸਮੇਤ ਮੁੱਢੀ ਜਵਾਨਾਂ ਦੀਆਂ ਟੁਕੜੀਆਂ ਸ਼ਾਮਿਲ ਹੋਣਗੀਆਂ। ਇਸ ਦਿਨ ਸੱਭਿਆਚਾਰ ਦਾ ਹਰ ਰੰਗ ਦੇਖਣ ਨੂੰ ਮਿਲੇਗਾ। ਉੱਥੇ ਹੀ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ, ਜਿਸ ਸੰਬੰਧੀ ਡਰੋਨ ਨੂੰ ਲੈ ਕੇ ਪਾਬੰਦੀ ਦੇ ਆਦੇਸ਼ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ। ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਰਿੰਦਰਪਾਲ ਸਿੰਘ ਪਰਮਾਰ, IG ਪੰਜਾਬ ਪੁਲਿਸ ਬਾਰਡਰ ਰੇਂਜ ਦੇ DC ਵਿਪਕ ਉਜਵਲ ਨਾਲ ਕਿਹਾ ਕਿ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿੱਚ ਸਲਾਮੀ ਰਸਮ ਦੇ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪੁਲਿਸ ਦੀਆਂ ਟੁਕੜੀਆਂ ਦੀ ਅਗਵਾਈ ASI ਰਜਿੰਦਰ ਕੁਮਾਰ, ਅਮਰਜੀਤ ਸਿੰਘ, ਇੰਦਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਬੈਂਡ ਆਰਮੀ ਅਤੇ ਪੰਜਾਬ ਪੁਲਿਸ ਸਾਂਝੇ ਤੌਰ ਤੇ ਸ਼ਾਮਿਲ ਹੋਣਗੇ। ਉਹਨਾਂ ਦੱਸਿਆ ਕਿ ਕੋਰੀਓਗ੍ਰਾਫੀ ਨਾਟਕ ਨਾਨਕ ਪਾਤ ਨਾਨਕ ਸ਼ਬਦ ਤੇ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸੁਰੱਖਿਆ ਪ੍ਰਬੰਧ ਦੇ ਚੱਕਾ ਚੌਂਦ ਕਰ ਦਿੱਤੀ ਗਈ ਹੈ, ਸੁਰੱਖਿਆ ਨੂੰ ਲੈ ਕੇ ਹਰ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ। ਨਾਲ ਹੀ ਉਹਨਾਂ ਕਿਹਾ ਕਿ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡਰੋਨ ਪਟਰਾਨ ਉੱਪਰ ਵੀ ਪਾਬੰਦੀ ਦੇ ਆਦੇਸ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਦਿੱਤੇ ਜਾ ਸਕੇ ਹਨ। ਦੇਖੋ IG ਪਰਮਾਰ ਨੇ ਹੋਰ ਕੀ ਕਿਹਾ। ASI ਅਮਰੀਕ ਸਿੰਘ, ASI ਦਿਲਪ੍ਰੀਤ ਕੌਰ, ਪੰਜਾਬ ਪੁਲਿਸ ਮਹਿਲਾਵਾਂ ਗੁਰਦਾਸਪੁਰ, ASI ਰਾਮਦਾਨ ਸਿੰਘ, ਪੰਜਾਬ ਪੁਲਿਸ ਚੰਡੀਗੜ੍ਹ, SI ਰਕੇਸ਼ ਕੁਮਾਰ, ਪੰਜਾਬ ਹੋਮਗਾਰਡ, ਸਾਬਕਾ ਕੈਪਟਨ ਅਮਰਜੀਤ ਸਿੰਘ ਜੀ, ਸਾਬਕਾ ਫੌਜੀ ਪਲਟੂਨ ਦੀ ਅਗਵਾਈ ਕਰਦੇ ਹੋਏ ਰਾਜਵੀਰ ਸਿੰਘ, ਪੰਜਾਬ ਦੇ ਗਵਰਨਰ ਸਾਹਿਬ ਆ ਰਹੇ ਨੇ, ਇਸ ਕਰਕੇ ਅੱਜ ਫੁੱਲ ਡਰੈਸ ਰਿਹਰਸਲ ਕੀਤੀ ਹੈਗੀ ਹੈ ਡੀ ਜੀ ਸਾਹਿਬ ਤੇ SSP ਸਾਹਿਬ ਨੇ। ਉਹ ਮੈਂ ਤੇ ਜਿਸ ਆਈ ਕੇਮ ਟੂ ਸੀ ਇਟ ਓਵਰ ਸੀ ਅਰੇਂਜਮੈਂਟ ਦੇ ਹਾਂ ਵੇਟ, ਅਤੇ ਉਹ ਚੈੱਕ ਕੀਤੀ ਹੈ ਅਤੇ ਅੱਛੀ ਅਰੇਂਜਮੈਂਟ ਕੀਤੀ ਹੈ ਅਤੇ ਵੀ ਐਕਸਪੈਕਟਿਡ ਫੰਕਸ਼ਨ ਬੜਾ ਸਮੂਥਲੀ ਨਿਕਲ ਰਿਹਾ। ਜਿਹੜੇ ਪ੍ਰੋਟੋਕੋਲ ਦੇ ਹਿਸਾਬ ਨਾਲ ਚਾਹੀਦੇ ਨੇ ਸਿਕਿਉਰਿਟੀ ਅਰੇਂਜਮੈਂਟ ਉਹ ਅਸੀਂ ਕੀਤੇ ਆ, ਅਤੇ ਦੈਟ ਇਜ਼ ਵਾਈ ਪ੍ਰੋਟੋਕੋਲ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਇੱਥੇ ਅੱਜ ਇੰਸਪੈਕਟ ਕਰਨ ਆਇਆ ਸੀ SSP ਅਤੇ DC ਸਾਹਿਬ ਨਾਲ।
ਅਤੇ SSP ਸਾਹਿਬ ਨੇ ਬਹੁਤ ਅੱਛੇ ਅਰੇਂਜਮੈਂਟ ਕੀਤੇ ਨੇ ਅਲੌਂਗ ਵਿਦ ਦਾ ਡੀ ਸੀ। ਜਿੱਦਾਂ ਕਿ ਆਪ ਜੀ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਜ਼ਿਲ੍ਹੇ ਨੂੰ ਇਸ ਵਾਰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਦੱਸਦੇ ਹੋਏ ਕਿ ਸਟੇਟ ਲੈਵਲ ਜਿਹੜਾ ਆਪਣਾ 26 ਜਨਵਰੀ ਦਾ ਗਣਤੰਤਰ ਦਿਵਸ ਫੰਕਸ਼ਨ ਪੰਜਾਬ ਸਰਕਾਰ ਦਾ ਆਪਣੇ ਇੱਥੇ ਮਨਾਇਆ ਜਾ ਰਿਹਾ ਹੈ ਅਤੇ ਮਾਣਯੋਗ ਰਾਜਪਾਲ ਪੰਜਾਬ ਸ਼੍ਰੀ VP ਬਦਨੌਰ ਜੀ ਮਹਾਂ ਇੱਥੇ ਆ ਰਹੇ ਨੇ। ਉਹਦੀ ਆਪਾਂ ਤਿਆਰੀਆਂ ਪੂਰੀ ਆਪਣੇ ਵੱਲੋਂ ਕੀਤੀ ਜਾ ਰਹੀ, ਆਪਾਂ ਕੋਸ਼ਿਸ਼ ਕਰ ਰਹੇ ਨੇ ਕਿ ਇਸ ਵਾਰ ਜਿਹੜਾ ਆਪਾਂ ਜਨਰਲੀ ਜੋ ਜ਼ਿਲ੍ਹਾ ਪੱਧਰੀ ਜਿਹੜਾ ਸਮਾਗਮ ਹੁੰਦਾ ਹੈ ਉਸ ਤੋਂ ਆਪਾਂ ਇੱਕ ਪੱਧਰ ਉੱਚਾ ਕਰਕੇ, ਮਿਆਰ ਉੱਚਾ ਕਰਕੇ ਆਪਾਂ ਸਟੇਟ ਲੈਵਲ ਦੇ ਜਿਹੜਾ ਫੰਕਸ਼ਨ ਹੈ ਉਹ ਕਰੀਏ, ਜਿੱਥੇ ਆਪਾਂ ਆਈਟਮਸ ਵੀ ਬੈਟਰ, ਸੰਸਕ੍ਰਿਤਿਕ ਪ੍ਰੋਗਰਾਮ ਵੀ ਬੈਟਰ ਕੀਤੇ ਨੇ, ਝਾਂਕੀਆਂ ਦੀ ਵੀ ਨੰਬਰ ਵਧਾਇਆ ਹੈ ਆਪਾਂ, ਪਰੇਡ ਦੀ ਕੁਆਲਿਟੀ ਵੀ ਅਸੀਂ ਹੋਰ ਬੈਟਰ ਕੀਤੀ ਹੈ, ਸਾਰੇ ਇੰਤਜ਼ਾਮਾਤ ਆਪਣੇ ਜਿਹੜੇ ਨੇ ਇਸ ਵਾਰ ਇਸ ਲਈ ਚੰਗੇ ਕੀਤੇ ਜਾ ਰਹੇ ਨੇ ਕਿ 150 ਸਾਲਾਂ ਵੀ ਮਨਾ ਰਹੇ ਹਾਂ ਆਪਾਂ, ਬਹੁਤ ਬੜਾ ਮਾਣ ਮਿਲਿਆ ਆਪਾਂ ਨੂੰ ਜਿਹੜਾ ਕੋਰੀਡੋਰ ਖੁੱਲ੍ਹਣ ਦਾ, ਅਤੇ ਅੱਜ ਆਪਾਂ ਜੇ ਸਟੇਟ ਲੈਵਲ 'ਚ ਉਹ ਵੀ ਸ਼ੋਕੇਸ ਕਰਾਂਗੇ ਕਿ ਗੁਰਦਾਸਪੁਰ ਦੇ ਪਿਛਲੇ 1 ਸਾਲ 'ਚ ਜਿਹੜੀਆਂ ਘਟਨਾਵਾਂ ਹੋਈ ਹੈ ਉਹਨਾਂ ਨੂੰ ਵੀ ਆਪਾਂ ਇੱਥੇ ਸ਼ੋਕੇਸ ਕਰਾਂਗੇ, ਅਤੇ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਆਪਣੀ ਤਿਆਰੀ ਪੂਰੀ ਹੈ, ਔਰ ਜਿਹੜੀ ਸਿਕਿਉਰਿਟੀ ਅਰੇਂਜਮੈਂਟਸ ਹੈ ਬਿਕੋਜ਼ VVIP ਮੂਵਮੈਂਟ ਕਾਫੀ ਹੈ, ਉਹ ਵੀ ਸਾਰੇ ਇੰਤਜ਼ਾਮਾਤ ਅਸੀਂ SSP ਸਾਹਿਬ ਨੇ ਮਿਲ ਕੇ ਉਹ ਵੀ ਦੇਖੇ ਹੋਏ ਨੇ ਸਾਰੇ, ਉਹ ਵੀ ਠੀਕ ਹੈ। ਕੁੱਲ ਮਿਲਾ ਕੇ ਆਪਣਾ ਜਿਹੜਾ ਆਉਣ ਵਾਲਾ 26 ਜਨਵਰੀ ਹੈ ਉਹਦੇ ਆਪਾਂ ਬਹੁਤ ਵਧੀਆ ਫੰਕਸ਼ਨ ਇੱਥੇ ਔਰਗਨਾਈਜ਼ ਕਰਵਾਵਾਂਗੇ, ਅਤੇ ਮੈਂ ਐਡਵਾਂਸ ਸਾਰੇ ਲੋਕਾਂ ਨੂੰ ਗਣਤੰਤਰ ਦਿਵਸ ਦੀ ਆਪ ਜੀ ਸਾਰਿਆਂ ਦੇ ਰਾਹੀਂ ਵਧਾਈ ਦੇਣਾ ਹਾਂ, ਅਤੇ ਆਸ ਕਰਦਾ ਹਾਂ ਇਸ ਤਰ੍ਹਾਂ ਹੀ ਆਪਣਾ ਜਿਹੜਾ ਦੇਸ਼ ਅਤੇ ਸੂਬੇ 'ਚ ਭਾਈਚਾਰਾ ਸਾਂਝ ਬਣੀ ਰਹੇ ਅਤੇ ਆਪਾਂ ਦਿਨ ਦੁਨੀ ਰਾਤ ਚੌਗਣੀ ਪ੍ਰਗਤੀ ਕਰੀਏ। ਜਿੱਦਾਂ ਕਿ ਆਪ ਜੀ ਨੂੰ ਪਤਾ ਹੈ ਕਿ ਜਿਹੜੇ ਡਰੋਨਸ ਨੇ ਉਹਨਾਂ ਦੇ ਬਾਰੇ ਆਲਰੇਡੀ ਦੇਰ ਆਰ ਸਰਟਨ ਰੈਗੂਲੇਸ਼ਨਸ ਅਤੇ ਲਾਜ਼ ਹੈ ਜੋ ਉਹਨਾਂ ਦੇ ਯੂਸਿਸ ਨੂੰ ਰੈਗੂਲੇਟ ਕਰਦੇ ਹੈ, ਦੇਰ ਆਰ ਡਿਫਰੈਂਟ ਲੈਵਲ ਵੇਟ ਦੇ ਬੇਸਿਸ 'ਤੇ ਕਿ ਵੀ ਕਿਸ ਤਰ੍ਹਾਂ ਇਹਨਾਂ ਦੀ ਪ੍ਰਵਾਨਗੀਆਂ ਲੈਣੀਆਂ। ਆਪਾਂ ਸਪੈਸੀਫਿਕਲੀ ਜਿਹੜੀ ਇਹ ਆਪਣੇ ਜ਼ਿਲ੍ਹੇ 'ਚ, ਚੂੰਕਿ ਇਸ ਵਾਰ ਰਾਜ ਸਤਰੀ ਸਮਾਗਮ ਹੋ ਰਿਹਾ ਹੈ ਅਤੇ ਮਾਣਯੋਗ ਰਾਜਪਾਲ ਜੀ ਜਿਹੜੇ ਪੰਜਾਬ ਆ ਰਹੇ ਨੇ ਆਪਣੇ ਇੱਥੇ ਫੰਕਸ਼ਨ ਦੇ ਲਈ, ਅਤੇ ਇਨ ਜਨਰਲ ਵੀ ਆਪਣੀ ਸਿਕਿਉਰਿਟੀ ਅਲਰਟ 26 ਜਨਵਰੀ ਦਾ ਹੁੰਦਾ ਹੈ, ਉਹਨੂੰ ਵੇਖਦੇ ਹੋਏ ਆਪਾਂ ਇੱਥੇ ਡਰੋਨ 'ਤੇ ਸਪੈਸੀਫਿਕ ਤੌਰ 'ਤੇ ਪਾਬੰਦੀ ਲਾਈ ਹੋਈ ਹੈ ਸੋ ਦੈਟ ਕਿ ਜਿਹੜੇ ਆਪਣੇ ਸਿਕਿਉਰਿਟੀ ਕੰਸਰਨਸ ਹਨ ਉਹ ਪ੍ਰੋਪਰਲੀ ਐਡਰੈਸ ਹੋ ਜਾਵੇ। ਤੁਸੀਂ ਦੇਖ ਰਹੇ ਹੋ ਇਨਸਾਫ TV, ਤਾਂ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਇਨਸਾਫ ਨਿਊਜ਼ TV ਅਤੇ ਬੈੱਲ ਆਈਕਨ ਨੂੰ ਦਬਾਓ ਅਤੇ ਹਰ ਪ੍ਰਕਾਰ ਦੀਆਂ ਖਬਰਾਂ ਦੇਖਣ ਲਈ ਚੈਨਲ ਨਾਲ ਜੁੜੇ ਰਹੋ। ਥੈਂਕ ਯੂ, ਧੰਨਵਾਦ।